चंगी तरह मार दो डैडी कपड़ा साफ कर दो पूरा स्कूटर अपना। कितने चलें डैडी हूँ? आप चलिए पुत्रा तेन मोटरसाइकिल दवाऊंगा। वाह भाई वाह। मोटर स्कूटर की तेन मैं गल दसदा। हाँ जी। ज 1992 चो मैं हासी मारा तो पठान गया। हाँ जी। मेरे 133 दिन लगे पठान। हाँ जी। मेनू मिले 25,000 रुपया। अच्छा जी। मैं फिर 25,000 का स्कूटर लिया। हाँ देखो ताही ये तो लिखा हुआ दिल लेना दिल देना सौदा खरा खरा। हाँ ये पहला ये तेनू मैं मोटरसाइकिल पुत लैन चलिया ना तू पठान गया ना कि आई मिल जाना मेनू इवें मिल जाना। हाँ असी जब कमेंट थोनों की पुछया सीगा भी कमेंट दे विच दस्सिओ सानू 80-90% सिर्फ दो मोटरसाइकलों की आई एक प्लैटिने की एक स्पलेंडर प्लस की तो ज़्यादातर मतलब 60-70% ने स्पलेंडर गया सीगा तो सानू होर बंदे ने भी सुजैसट किया भी तुसीं स्पलेंडर लिओ तो असी हुण देखते हैं होपफुली अज लै ही आवेंगे स्पलेंडर। कई ने कहा सी लै के आना कईयों ने कहा कार लै लियो कार सी जे सानू पता हुंदा वी असीं 8 महीने रहना सीगा तां शायद असीं पहलां कार लै लैंदे बट क्योंकि असीं चली गए डैडी उहनां ने तां चलाउणी नहीं असीं भी घट ही चलाउंदे इंडिया च थोड़ा डर ही लगदा वा ਉਹ ਹੱਥ ਖੁੱਲਣ ਦੀ ਗੱਲ ਆ ਵੈਸੇ ਤਾਂ ਬਟ ਇਸ ਲਈ ਬਾਈਕ ਹੀ ਚਾਹੀਦੀ ਹੈ ਕਿਉਂਕਿ ਤੁਸੀਂ ਪੁੱਤ ਚਾਹੇ ਜਹਾਜ਼ ਲੈ ਲਓ ਮੈਸੀ ਟਰੈਕਟਰ ਡੀ ਗੱਡੀ ਚੇਤਕ ਵੀ ਜਾਂ ਸਕੂਟਰ ਇਹਨਾਂ ਦਾ ਮੁਕਾਬਲਾ ਨਹੀਂ। ਹਾਂ ਡੀ ਗੱਡੀ ਪੁਰਾਣੀ ਮੈਸੀ ਟਰੈਕਟਰ ਅੱਛਾ ਜੀ ਤੇ ਚੇਤਕ ਵੀ ਜਾਂ ਸਕੂਟਰ ਇਹਦੀ ਕੋਈ ਰੀਸ ਨਹੀਂ ਇਹਦਾ ਕੋਈ ਮੁਕਾਬਲਾ ਨਹੀਂ ਕਰ ਸਹੀ ਗੱਲ ਚਲੋ ਜੀ ਆਪਾਂ ਚੱਲਦੇ ਹਾਂ ਤੇ ਦੇਖਦੇ ਹਾਂ ਉੱਥੇ ਜਾ ਕੇ ਕੀ ਬਣਦਾ। ਇੱਕ ਦਿਨ ਰਾਤ ਨੂੰ ਨੀਲੋਂ ਦੇ ਪੁਲ ਤੋਂ ਮੈਂ ਮੋਟਰ ਤੋਂ ਘਰ ਨੂੰ ਆਉਂਦਾ ਸੀਗਾ ਤਾਂ ਟਾਇਰ ਪੈਂਚਰ ਹੋ ਗਿਆ। ਅੱਛਾ ਜੀ। ਮੈਨੂੰ ਟੇਢਾ ਕਰਿਆ। ਹਾਂਜੀ। ਨਟ ਖੋਲੀ ਗਿਆ ਜੇਬ 'ਚ ਪਾਈ ਗਿਆ ਸਟਿਪਣੀ ਖੋਲੀ ਨਟ ਜੇਬ 'ਚੋਂ ਕੱਢੀ ਗਿਆ ਲਾਈ ਗਿਆ ਕਿੱਕ ਮਾਰੀ ਘਰੀ ਆ ਗਿਆ। ਦੇਖ ਲਓ ਜੇ ਮੋਟਰਸਾਈਕਲ ਹੁੰਦਾ ਫਿਰ ਰੋੜਾ ਖੜਾ ਹੋਣਾ ਪੈਣਾ ਸੀ ਫੋਨ ਕਰਨਾ ਰੋੜੋ ਕੁਛ ਕਰੋ ਰਾਤ ਨੂੰ ਫਿਰ ਮੈਂ ਨਹਿਜ ਨੂੰ ਕਰ ਦੇਣਾ ਸੀਗਾ ਵੀ ਕੋਈ ਚੱਕੇ ਨਾ ਤੋਂ ਕੇ ਆ ਜਾਣਾ। ਆਹ ਆ ਵੀ ਆਈਡੀਆ ਠੀਕ ਆ। ਸਕੂਟਰ ਦਾ ਬਹੁਤ ਫਾਇਦਾ। ਸਕੂਟਰ ਦਾ ਫਾਇਦਾ ਤਾਂ ਹੈ। आ लिया जी आपां नवां मोटरसाइकल मुंशी जी की पसंद आ ते मैं इनू लैके जाना। मैं डैडी ते मुंशी जी आए सी ते इहदी स्टोरी घरे जाके दसदे आं तुहानू भी असी किवें लिता क्यों लिता इह। मुंशी जी शगन लैण गए तां ही डैडी मुंशी बदलना पेट्रोल पंप उत्थे चली जावे। डैडी ते मैं स्कूटर ते गए सीगे जिवें तुसीं देखिया ही आ डैडी नूं होर कम सीगे डैडी कहिंदे तूं लै जा मोटरसाइकल ਇਹਦੀ ਬਸ ਮੈਨੂੰ ਇੰਨਾ ਕੁ ਭੁਲੇਖਾ ਪੈਂਦਾ ਕਿ ਭਾਵੇਂ ਮੋਟਰਸਾਈਕਲ ਨਵਾਂ ਬਹੁਤ ਆ ਮੈਂ ਕਦੇ ਕੋਈ ਨਵੀਂ ਬਾਈਕ ਚਲਾਈ ਨਹੀਂ ਇਹ ਬਹੁਤ ਜ਼ਿਆਦਾ ਮਤਲਬ ਕਿ ਟਾਈਟ ਆ ਸਾਰਾ ਕੁਛ। ਦੂਜਾ ਇਹਦੇ ਗੇਅਰਾਂ ਦਾ ਫਰਕ ਆ ਇਹਦੇ ਗੇਅਰ ਪੈਂਦੇ ਆ ਮੂਹਰੇ ਨੂੰ ਮੈਨੂੰ ਆਦਤਾ ਹੀਰੋ ਹੋਂਡੇ ਦੇ ਪਿੱਛੇ ਨੂੰ ਪਾਉਣ ਦੀ ਉਹ ਭੁਲੇਖਾ ਪੈ ਜਾਂਦਾ ਕਈ ਵਾਰ ਪਾਉਣਾ ਹੁੰਦਾ ਉਹ ਨਿਕਲ ਜਾਂਦਾ ਜਾਂ ਕੱਢਣਾ ਹੁੰਦਾ ਪੈ ਜਾਂਦਾ ਨਹੀਂ ਹੌਲੀ ਹੌਲੀ ਟਿਕ ਜੂ ਪੈਰ ਉੱਦਾਂ ਹਾਲੇ ਤੱਕ ਤਾਂ ਰਾਈਡ ਠੀਕ ਆ ਸਮੂਥ ਆ ਨਵੀਂ ਦੀ ਤਾਂ ਵੈਸੇ ਫਿਰ ਵੀ ਸਮੂਥ ਹੀ ਹੁੰਦੀ ਆ ਬਾਕੀ ਹੌਲੀ ਹੌਲੀ ਪਤਾ ਲੱਗੂਗਾ ਵੀ 700 ਜੇ ਦੀ ਟੈਂਕੀ ਲਗਭਗ ਫੁੱਲ ਹੋ ਗਈ ਮੈਂ ਦੇਖਿਆ ਜੀ ਮੈਂ ਕਿਹਾ 700 ਦਾ ਪਾ 700 ਦਾ ਕੀਤਾ ਸੀ ਉਹਨੇ ਅਤੇ ਟੈਂਕੀ ਫੁੱਲ ਹੋ ਗਈ ਆਪਣੀ ਧਿਆਨ ਪਤਾ ਨਹੀਂ 9 ਕਿਲੋਮੀਟਰ ਹੋ ਗਏ। ਹਾਂ 9 ਕਿਲੋਮੀਟਰ ਚੱਲ ਗਿਆ ਅਤੇ ਹੁਣ ਆਪਾਂ ਘਰੇ ਜਾ ਕੇ ਮਿਲਦੇ ਹਾਂ ਜੀ ਆਪਾਂ ਇਹਨਾਂ ਜੀ ਮੀਂਹ ਵੀ ਪੈਣ ਲੱਗ ਗਿਆ ਕਿਣ-ਮਿਣ ਹੋ ਰਹੀ ਆ ਅਤੇ ਮੈਂ ਛੇਤੀ ਨਿਕਲਾਂ ਹੋਰ ਮੀਂਹ ਨਾ ਅਜੇ। ਬਾਹਰ ਨਿਕਲਣਾ ਨਹੀਂ ਸੀ ਤਾਂ ਕਰੇ ਕਾਰ ਚ ਵੀ ਇਹਨਾਂ ਨੇ ਜਾਣੇ ਘੁੰਮਣਾ ਸੀਗਾ
ਤਾਂ ਕਰਕੇ ਨਾ ਕੇਸ ਕਰਨੀ ਜ਼ਰੂਰੀ ਹੈ ਤਾਂ ਦੋ ਪੈਸੇ ਬਚ। ਅੱਛਾ ਵੀ ਲੌਂਗ ਰੂਟ ਦੇ ਨਾ ਜਾਵੋ ਵੱਡੇ ਤਾਂ ਨਹੀਂ ਲੈਣੇ। ਹਾਂ ਹਾਂ ਤਾਂ ਤੇ ਸੌਰੇ ਕਰਕੇ ਨਹੀਂ ਲੈ ਵੀ ਤੁਰਿਆ ਰਹੂਗਾ। ਹਾਂ ਸਿਰ ਦੂਰ ਨਾ ਵੀ ਜਾਈ ਨਹੀਂ ਤੇ ਦੋਏ ਜਵਾਕ ਮੰਨ ਜਾਂਦੇ ਨੇ। ਵੀ ਤੇ ਇਹਨੂੰ ਫੋਕ ਦੇ ਫਿਰੀ ਜਾਣਗੇ। ਦੋਏ ਲੰਦੂ ਨੇ ਮੰਨ ਜਾਂਦੇ। ਹੁਣ ਦੇਖੀ ਜਾਓ ਮੈਂ ਇਹਨੂੰ ਮੋਟਰਸਾਈਕਲ ਤੇ ਚੁਕਾ ਦੇਣਾ ਉੱਧਰ। ਮੋਟਰਸਾਈਕਲ ਤੇ ਜਾਵਾਂਗੇ ਭਲਾਈ ਵਾਲੇ ਅੱਜ। ਭਲਾਈ ਵਾਲੇ ਦੇਖੀ ਜਾਓ ਪਏ ਦੇਖਣ ਵੀ ਪੁਰਾਣਾ ਮੋਟਰਸਾਈਕਲ ਤੇ ਚੜਿਆ ਹੋਇਆ। ਪਾਪਾ ਜੀ ਕਟਾਣਾ ਦਾ ਮੱਥਾ ਟੇਕ ਕੇ ਆਉਣਾ ਮੋਟਰਸਾਈਕਲ। ਹਾਂ ਸੱਚ ਰਵੀ ਤਾਂ ਮੰਮੀ ਕਿਉਂਕਿ ਮੰਮੀ ਨੇ ਜਾ ਇਹਦੇ ਤੇ ਸਵਾਰੀ ਕਰਨੀ ਆ। ਹਾਂ ਇਹ ਪ੍ਰਮੋਸ਼ਨ ਹੋ ਗਈ ਸਕੂਟਰ ਤੋਂ ਮੋਟਰਸਾਈਕਲ। ਹਾਂ ਤਾਂ ਗੱਡੀ ਤੇ ਜਾ ਕੇ ਪ੍ਰਮੋਸ਼ਨ ਨਹੀਂ ਲੈਣੀ ਚਾਹੀਦੀ ਇਹਨਾਂ ਨੂੰ। ਫਿਰ ਆਇਆ ਇੱਕੋ ਦਮ ਨਹੀਂ ਗੱਡੀ ਤੇ ਜਾਣਾ ਚਾਹੀਦਾ। ਪਹਿਲਾਂ ਤਾਂ ਮੰਮੀ ਨੂੰ ਸਾਈਕਲ ਤੇ ਸਕੂਟਰ ਦਿੱਤਾ। ਹਾਂ ਪਹਿਲਾਂ ਸਾਈਕਲ ਤੁਸੀਂ ਲੈ ਗਏ ਹੋ। ਮੋਟਰਸਾਈਕਲ ਦਿੱਤਾ। ਪਹਿਲਾਂ ਮੈਂ ਸਾਈਕਲ ਤੋਂ ਸਕੂਟਰ ਤੇ ਆਈ। ਫਿਰ ਮੈਂ ਸਕੂਟਰ ਤੋਂ ਸਿੱਧੀ ਐਰੋਪਲੇਨ ਤੇ ਗਈ। ਹਾਂ ਸਾਰੀਆਂ ਚੀਜ਼ਾਂ ਤਾਂ ਅਸੀਂ ਕੱਟਤੀਆਂ ਥੱਲੇ ਉਹਨਾਂ ਦਾ ਕੀ ਫਾਇਦਾ। ਉਹ ਕੈਨੇਡਾ ਦੀਆਂ ਸੀਗੀਆਂ ਪੂਰੇ ਦੀ ਗੱਲ ਕਰ ਰਹਾ ਹਾਂ। ਹੁਣ ਚੜੇ ਆਪਾਂ ਇੰਡੀਆ ਵੀ ਚੜ ਕੇ ਗਏ। ਜਦ ਅਗਲੀ ਕਹਿੰਦੀ ਰਵੀ ਮਨ ਰਾ ਮਨੀ ਉਹਨੂੰ ਆਉਣਗੇ ਫਿਰ ਤੈਨੂੰ ਲੈ ਕੇ ਦਊਗਾ ਆਟੋਮੈਟਿਕ ਕਾਰ। कंप्यूटर खराब कर दिया कहना जो मम्मी नहीं जा मम्मी इधर घूम जाकर शुक्र भाई मोटरसाइकिल आया कार कार नहीं कार भी कार भी होगी ਫਿਰ ਅਸੀਂ ਪਹਿਲਾਂ ਇਹਨਾਂ ਦੇ ਗਏ ਇਹਨਾਂ ਦੇ ਅਸੀਂ ਅੰਦਰ ਵੀ ਨਹੀਂ ਵੜੇ ਅਸੀਂ ਸਿੱਧਾ ਸਪਲੈਂਡਰ ਦੀ ਸਪਲੈਂਡਰ ਦਾ ਕਮੈਂਟ ਆਇਆ ਸੀ ਦੂਜਾ ਫਲੈਟ ਹੀ ਜਿਹਾ ਆਇਆ ਸੀਗਾ ਇਹ ਸਸਤਾ ਵੀ ਸੀਗਾ ਤੇ ਸਾਰਾ ਕੁਝ ਸੇਮ ਹੀ ਸੀਗਾ ਕੋਈ ਖਾਸ ਫਰਕ ਨਹੀਂ ਲੱਗਿਆ ਕਿਉਂਕਿ ਇੱਕ ਤਾਂ ਉਸ ਵੀ ਆਪਾਂ ਕਿਹੜਾ ਇੰਨਾ ਚਲਾਉਣਾ ਵਾ ਕਿਉਂਕਿ ਇੱਕ ਸਕੂਟਰ ਵੀ ਆ ਹੋਰ ਮੋਟਰਸਾਈਕਲ ਇੱਕ ਆਹ ਹੋ ਗਿਆ ਆਪਾਂ ਕਿਹੜਾ ਬੜਾ ਚਲਾਉਣ ਲੋੜ ਪੈਂਦੀ ਤੀ ਚਲਾਉਣਾ ਵਾ ਤੇ ਸਮਾਨ ਸਮੂਨ ਲਈ ਸਕੂਟਰ ਹੈਗਾ ਨਾ ਇਹਦੇ ਤੇ ਕਿਸੇ ਨੇ ਰੇਸਾਂ ਦੇਣੀਆਂ ਨੇ ਡੈਡੀ ਨੇ ਆਪਣਾ ਉਹਦੀ 40 ਦੀ ਸਪੀਡ ਤੇ ਹਨਾ ਇੱਕ ਹੱਥ ਬੰਦੇ ਲੱਗਿਆ ਹੁੰਦਾ ਫਿਰ ਤਾਂ ਜਿਹੜਾ ਮਰਜ਼ੀ ਵਹੀਕਲ ਹੋਵੇ ਉਹ ਵਧੀਆ ਹੀ ਚੱਲਦਾ ਹੈ ਮਡੀਰ ਚਲਾਉਂਦੀ ਆ ਜਾਂ ਆਪਾਂ ਵੀ ਸਟਾਈਲਿਸ਼ ਲੈਣਾ ਹੋਵੇ ਉਹ ਮਾਡਲਾਂ ਦਾ ਤਾਂ ਫਰਕ ਪੈਂਦਾ ਮੇਰੇ ਖਿਆਲ 'ਚ ਬੰਦੇ ਨੇ ਮਹਿੰਗਾ ਮੋਟਰਸਾਈਕਲ ਲੈਣਾ ਹੋਵੇ 1.5-2 ਲੱਖ ਦਾ ਫੇਰ ਹੁੰਦਾ ਵੀ ਹਾਂ ਰਵੀ ਆਹ ਲੋਏ ਪਾਉਣੇ ਆ ਤੇਰੀ ਗੱਲ ਵਿਚਾਲੇ ਆ ਇਹਦਾ ਹਾਸੀ ਮਾਰਾ ਸਾਡੀ ਪੀਟੀ ਹੋਣ ਲੱਗੀ ਹਾਂਜੀ ਪੀਟੀ ਦੇ ਵਿੱਚ ਸਾਡੇ ਇੱਕ ਬਾਥਰੂਮ ਦੀ ਲਾਈਟ ਚੱਕਦੀ ਸੀ ਹਾਂਜੀ ਸਾਡਾ ਵਾਈਐਸ ਕੁਮਾਰ ਆਜੂ ਜਦ ਕੈਪਟਨ ਮਦਰਾ ਸੀ ਲੰਬਾ ਜਿਹਾ ਕਹਿੰਦਾ ਪਾਪਾ ਬੈਟਰੀ ਸਾਫ ਤਾਂ ਅੰਧੇਰਾ ਹਨ ਜ਼ਿਆਦਾ ਹੈ ਅਸੀਂ ਕਿਹਾ ਜੀ ਉਜਾਲਾ ਹੈ ਕਹਿੰਦਾ ਪਿੱਛੇ ਮੁੜ ਸੜੇ ਅੰਧੇਰਾ ਸਾਨੂੰ ਸਾਰੇ ਨੂੰ ਬਾਥਰੂਮ ਦਾ ਗੇੜਾ ਕਢਾਇਆ ਵੀ ਲਾਈਟ ਬੰਦ ਕਰਕੇ ਅੱਛਾ ਅਭੀ ਜਿੰਨੀ ਜੀ ਜ਼ਰੂਰਤ ਆ ਉਨੀ ਨਹੀਂ ਆਪਾਂ ਨੂੰ ਅਜੇ ਕਾਰ ਦੀ ਜ਼ਰੂਰਤ ਨਹੀਂ ਆਪਾਂ ਨੂੰ ਮੋਟਰਸਾਈਕਲ ਦੀ ਸੀ ਕਾਰ ਦੀ ਜਦ ਸੀਗੀ ਤੁਹਾਡੇ ਆਉਣ ਤੋਂ 7 ਮਹੀਨੇ ਪਹਿਲਾਂ ਹਾਂ ਉਦੋਂ ਸੀ ਸਾਰਾ ਉਹ ਮੇਰੀ ਗੱਲ ਯਾਦ ਆ ਮੈਂ ਬਾਲਕ ਦੇ ਮੱਧੇ ਨਜ਼ਰ ਆ ਕੇ ਤੁਹਾਨੂੰ ਮੋਟਰਸਾਈਕਲ ਤੁਸੀਂ ਕਿਹੜਾ ਜਾਣਾ ਕਿ ਜੜੀ ਅਸੀਂ ਜਾਣਾ ਸੀ ਬਹੁਤ ਘੱਟ ਜਾਣਾ ਤੇ ਮੰਮੀ ਹੋਣੀ ਆ ਸ਼ਾਮ ਨੂੰ ਜਾਣਗੇ ਇਸ ਲਈ ਰਵੀ ਉਹ ਤਾਂ ਮੰਮੀ ਦੇਣਗੇ ਮੈਨੂੰ ਤਾਂ ਜਿਵੇਂ ਠੀਕ ਲੱਗਿਆ ਚਲਾਉਣ ਨੂੰ ਮੈਨੂੰ ਤਾਂ ਕੋਈ ਫਰਕ ਨਹੀਂ ਪੈਸੀ ਆਹ ਲਵਾਏ ਨੇ ਜੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਜਿੱਦਾਂ ਦਾ ਮਰਜ਼ੀ ਕਿਉਂਕਿ ਇਹਨੇ ਸਾਲ ਪਾ ਕੇ ਇਹਦਾ ਵੀ ਦੇਖਿਓ ਰੰਗ ਜਿਹਾ ਉੜ ਜਾਣਾ ਵਾ ਜਦ ਚਿੱਕੜ 'ਚ ਜਾਊਗਾ ਅੱਜ ਮੀਂਹ ਪੈ ਗਿਆ ਅੱਜ ਇਹ 'ਚ ਥੋੜ੍ਹਾ ਥੋੜ੍ਹਾ ਫਸ ਗਿਆ ਸੋ ਸ਼ੋਅ ਜੀ ਇੰਨੀ ਮੈਟਰ ਨਹੀਂ ਕਰਦੀ ਮੇਰੇ ਲਈ ਕਈਆਂ ਲਈ ਕਰਦੀ ਹੁੰਦੀ ਉਹ ਮੇਨ ਗੱਲ ਕੰਫਰਟ ਦੀ ਆ ਉਹ ਮੰਮੀ ਦੱਸਣਗੇ ਬੈਠ ਕੇ ਵੀ ਕਿਵੇਂ ਆ ਬਾਕੀ ਡੈਡੀ ਚਲਾਉਂਦੇ ਤਾਂ ਵਧੀਆ ਹੁੰਦੇ ਨੇ ਮੰਮੀ ਬੈਠੇ ਹੁੰਦੇ ਆ ਹੌਲੀ ਹੌਲੀ ਮੰਮੀ ਤਾਂ ਮੈਨੂੰ ਕਹਿ ਦਿੰਦੀ ਆ ਵੀ ਡੈਡੀ ਆਈ ਨਹੀਂ ਆਉਣੀ ਚਲਾਉਂਦੇ ਨੇ ਜੇ ਮੋਟਰ ਚੱਲਦੀ ਆ ਕਹਿੰਦੀ ਮੈਂ ਪਾਣੀ ਪੀ ਕੇ ਭੱਜ ਕੇ ਆ ਕੇ ਤੁਹਾਡੇ ਮੋਟਰਸਾਈਕਲ ਡੈਡੀ ਵਾਲੀ ਹੌਲੀ ਚਲਾਉਂਦੇ ਨੇ ਥੱਕ ਜਾਂਦਾ ਬੰਦਾ ਪਿੱਛੇ ਬੈਠਾ ਨਵੇਂ ਡੈਡੀ ਦਾ ਸਕੂਟਰ ਡੈਡੀ ਸਕੂਟਰ ਦਾ 30-35 ਦੇ ਉੱਤੇ ਨਹੀਂ ਕਰਦੇ ਆ ਕਿ ਮੋਟਰਸਾਈਕਲ 40 ਤੇ 45 ਤੇ ਸਾਰੇ ਲੋਕ ਕੱਟ ਜਾਂਦੇ ਨੇ ਪਿੱਛੋਂ ਆ ਕੇ ਉਤਰ ਮੋਟਰ ਸਕੂਟਰ 18 ਸਾਲ ਤਾਂ ਹੀ ਡੈਡੀ ਦਾ ਕਦੇ ਕੋਈ ਐਕਸੀਡੈਂਟ ਨਹੀਂ ਹੋਇਆ ਕਦੇ ਵੀ ਕੁਛ ਨਹੀਂ ਹੋਇਆ ਡੈਡੀ ਬਿਲਕੁਲ ਸੇਫ ਚਲਾਉਂਦੇ ਜੇ ਤੇਰੇ ਮੰਮੀ ਬੋਲ ਦਿੰਦੀ ਆ ਮੈਂ ਸੁਣ ਲੈਣਾ ਮੈਂ ਰੇਸ ਨਹੀਂ ਦਿੰਦਾ ਗਿਰ ਜੂ ਵਿਆਹ ਤੋਂ ਪਹਿਲਾਂ ਮਠਿਆਈ ਦੇਖਣ ਚਲੇ ਗਏ ਮੈਨੂੰ ਤੇ ਚਾਚੇ ਨੂੰ ਬੁਲਾ ਲਿਆ ਉੱਥੇ ਆਪ ਪਹਿਲਾਂ ਗਏ ਨਾ ਸਾਥ ਨਾ ਪਹਿਲਾਂ ਦੇ ਗਏ ਮੈਨੂੰ ਕਹਿੰਦੇ ਤੂੰ ਤੇ ਤੇਰਾ ਚਾਚਾ ਮਨੀ ਉਹਨਾਂ ਦਾ ਚਾਚਾ ਦੇਖ ਆਵੇ ਅਸੀਂ ਦੇਖਣ ਚਲੇ ਗਏ ਭਾਈ ਚਾਚਾ ਤੇਜ਼ ਚਲਾਉਂਦਾ ਚਾਚੇ ਨੇ ਤਕਰਾਤੀ ਮੇਰੀ ਬੱਸ ਕੁਛ ਸੜਕ ਪੱਟੀ ਬੇਸੀ ਕਟਾਣੀ ਵਾਲੀ ਮੇਰੀ ਬੱਸ ਹੋ ਗਈ ਉੱਥੇ ਮੈਨੂੰ ਬਥੇਰਾ ਕਹਾਂ ਹੌਲੀ ਜਿਹਾ ਚੱਕ ਚੱਕ ਮਾਰੇ ਮੋਟਰਸਾਈਕਲ ਟ੍ਰੈਫਿਕ ਚ ਫਸ ਜਾਂਦੇ ਆ
ਉਦੋਂ ਬੰਦਾ ਕਹਿੰਦਾ ਗੇਅਰ ਕੱਢੀ ਜੇ ਤੀਜੇ ਜੋ ਵਾਲਾ ਚੌਥਾ ਝਟਕਾ ਆ ਮਾਰਦੇ ਕੱਢਣਾ ਵੀ ਪੈ ਜਾਂਦਾ ਫਿਰ ਅੱਜ ਇੱਕ ਦੋ ਦਿਨ ਚਲਾਏਗਾ ਨਾ ਫਿਰ ਉਹ ਹੋ ਜਾਣਾ ਹਾਂ ਫਿਰ ਪੈ ਟਿਕੂਗਾ ਪਹਿਲਾਂ ਦੂਜਾ ਚਲਾਉਣੇ ਉਹਦੇ ਤੇ ਲੱਗੇ ਹੋਏ ਚਲੋ ਬਹੁਤ ਟਾਈਮ ਲੱਗ ਗਿਆ ਮੈਂ ਸੌਂ ਗਿਆ ਸੀ ਉੱਥੇ ਮੰਮੀ ਅੱਜ ਕਰ ਰਹੇ ਨੇ ਪਹਿਲੀ ਵਾਰ ਨਵੇਂ ਮੋਟਰਸਾਈਕਲ ਦੀ ਰਾਈਡ ਅਸਲ 'ਚ ਮੰਮੀ ਨੇ ਅਸਲੀ ਰਿਵਿਊ ਦੇਣਾ ਆ ਕੇ ਵੀ ਕਿੱਦਾਂ ਦਾ ਮੋਟਰਸਾਈਕਲ ਆ ਕਟਾਣਾ ਸਾਹਿਬ ਚੱਲੇ ਨੇ ਮੱਥਾ ਟੇਕ ਕੇ ਆਉਂਦੇ ਆ ਫਿਰ ਆਪਾਂ ਲੈਂਦੇ ਹਾਂ ਰਿਵਿਊ ਕਰਦੇ ਹਾਂ ਦਾ ਪਹਿਲਾਂ ਹੀ ਫੋਨ ਕਰਤਾ ਕਹਿੰਦੇ ਆਉਂਦੇ ਹਾਂ ਅਸੀਂ ਵੀਡੀਓ ਬਣਾ ਲਾ ਹੋ ਜਾਓ ਪਾਸੇ ਇੰਨੇ ਗੇਅਰ ਤਾਂ ਹੈ ਵੀ ਨਹੀਂ ਡੈਡੀ ਜਿੰਨੇ ਤੁਸੀਂ ਕੱਢਤੇ ਉਹਦੇ ਆਪਾਂ ਨੂੰ ਹੀਰੋ ਹੁੰਦੇ ਦਾ ਭੁਲੇਖਾ ਉਹਦੇ ਨਾਲ ਇਹ ਉਲਟਾ ਉਲਟਾ ਹਾਂਜੀ ਗੇਅਰ ਆਪਾਂ ਚਲਾਇਆ ਹੀ ਦੂਆ ਹੋਇਆ ਹਨਾ ਹਾਂ ਕਿਵੇਂ ਲੱਗਿਆ ਮੈਂ ਫਿਰ ਤੁਹਾਨੂੰ ਵਧੀਆ ਜਦੋਂ ਤੁਸੀਂ ਬਿਲਕੁਲ ਪਲੇਨ ਸੜਕ ਤੇ ਜਾਂਦੇ ਹੋ ਹਾਂਜੀ ਫਿਰ ਤਾਂ ਉਹੀ ਆ ਜਿਵੇਂ ਚਾਚੇ ਦਾ ਪਹਿਲਾਂ ਨਵਾਂ ਮੋਟਰਸਾਈਕਲ ਸੀਗਾ ਕੋਈ ਹਲੋੜਾ ਨਹੀਂ ਪੈਂਦਾ ਹਾਂਜੀ ਹੁਣ ਟੁੱਟੀ ਸੜਕ ਤੇ ਜਾਵਾਂਗੇ ਉਦੋਂ ਤਾਂ ਪੈਣੇ ਨਹੀਂ ਉਦੋਂ ਤਾਂ ਛੋਟੀਆਂ ਗੱਡੀਆਂ 'ਚ ਵੀ ਬਹੁਤ ਜ਼ਿਆਦਾ ਪੈਂਦੇ ਉਹ ਤਾਂ ਫਿਰ ਖੜ ਕੇ ਜਾਂਦਾ ਬੰਦਾ ਹਨਾ ਜੀ ਵਧੀਆ ਆਰਾਮਦਾਇਕ ਆ ਮੈਂ ਤਾਂ ਬਹੁਤ ਧਿਆਨ ਰੱਖਦਾ ਜੇ ਖੱਡਾ ਆ ਜਵੇ ਜਮੀ ਹੌਲੀ ਕਰ ਲੈਂਦਾ ਅੱਛਾ ਜੀ ਉਹ ਤਾਂ ਕਰਨਾ ਹੀ ਪੈਂਦਾ ਨਹੀਂ ਡਿੱਗ ਜਾਂਗੇ ਅੱਛਾ ਵੀ ਤੇਲ ਦੀ ਕੋਈ ਪਰਵਾਹ ਨਹੀਂ ਜਿਹੜਾ ਤੇਲ ਦੀ ਬੇੜਾ ਕੋਈ ਪਰਵਾਹ ਨਹੀਂ ਕਿਤੇ ਜਾਣਾ ਮੈਂ ਤਾਂ ਘੰਟਾ ਐਡਵਾਂਸ ਹੀ ਤੁਰਦਾ ਠੀਕ ਹੈ ਉਹ ਤਾਂ 10 ਮਿੰਟ ਉਰੇ ਖੜ ਜੋ ਜੇ ਖੱਡਾ ਆ ਗਿਆ ਇਹਨੂੰ ਕਹੀਦਾ ਵੀ ਹਾ ਐ ਐ ਕਰਕੇ ਪਿਆਰ ਨਾਲ ਕੱਟ ਲੈਨੇ ਹੋ ਜੇ ਕੋਈ ਸਾਈਕਲ ਰੇਸਰ ਜਾਂਦਾ ਹੋਵੇ ਕੋਈ ਸਾਈਕਲ ਤੇ ਵੀ ਰੇਸ ਲਾਉਣ ਲਈ ਤਾਂ ਉਹ ਡੈਡੀ ਦਾ ਮੋਟਰਸਾਈਕਲ ਕੱਟ ਕੇ ਅੱਗੇ ਨਿਕਲ ਜੂਗਾ ਇਹ ਅਸਲ 'ਚ ਬਣੀ ਉਹਦੇ ਵਾਲੇ ਨੇ 40 45 ਸਪੀਡ ਵਾਲੇ ਨੇ ਉੱਥੇ ਹੀ ਸੇਫ ਰਹਿੰਦੇ ਸੇਫ ਵੀ ਰਹਿੰਦੇ ਜੇ ਗਿਰ ਜੇ ਬੰਦਾ ਰੜੀ ਬਹੁਤ ਸੱਟ ਲੱਗਦੀ ਆ 20 ਤੋਂ 40 ਸੇ ਬਹੁਤ ਆ ਰਾਤ ਨੂੰ ਮੈਂ ਮੋਟਰ ਤੋਂ ਆਉਣਾ ਅਸੀਂ 20 25 ਤੋਂ ਨਹੀਂ ਵਿਪ ਜਾਉਂਦਾ ਕੋਈ ਅੱਜ ਸਵੇਰੇ ਜਿਵੇਂ ਮੈਂ ਜੇ ਤੇਰਾ ਚਾਚਾ ਸਪਰੇ ਕਰਨ ਗਏ ਆ ਹਾਂਜੀ ਸਾਡੇ ਮੂਹਰੇ ਰੋਜ਼ ਆ ਗਿਆ ਰੋਜ਼ ਚਾਚਾ ਡਰ ਗਿਆ ਜਮੇ ਬਈ ਬਚ ਗਏ ਕੱਲਾ ਹੀ ਸਾਲੇ ਰੋਜ਼ ਨੇ ਛਾਲ ਮਾਰ ਆ ਆਪਣੇ ਪਿੰਡ ਦੇ ਉਹ ਗਿਰੇ ਨਹੀਂ ਹੈਗੇ ਮੁੰਡੇ ਜਿਹਨਾਂ ਚ ਆ ਕੇ ਵੱਜਿਆ ਸਾਈਡ ਤੋਂ ਆ ਕੇ ਉਹ ਤਾਂ ਸਾਡੇ ਵਿਚਾਲੇ ਜੀ ਵੀ ਨਿਕਲ ਸਕਦਾ ਸੀਗਾ ਹਾਂਜੀ ਵਿੱਚ ਵਾਜਾ ਦੇਖ ਲਓ ਕਿੱਥੇ ਜਾਂਦਾ ਐਡਾ ਭਾਰਾ ਜੀ ਸੀਗਾ ਚਾਚੇ ਦਾ ਤਾਂ ਮਾੜਾ ਮੋਟਾ ਬ੍ਰੇਕ ਰੱਖ ਕੇ ਬਚ ਗਿਆ ਸਵੇਰ ਦੀ ਉਹ ਕਰ ਕੰਮ ਗੁਮਾ ਇੱਕ ਬਹੁਤ ਫਿਰਦੀਆਂ ਨੇ ਨਾ ਕਈ ਵਾਰੀ ਅਚਾਨਕ ਹੀ ਨਿਕਲ ਗਿਆ ਕੁੱਤਾ ਕਾ ਤਾਂ ਕੁਝ ਵੀ ਆ ਜਾਂਦਾ ਉੱਥੇ ਤਾਂ ਹੈਗਾ ਵੀ ਰਸਤਾ ਸਾਰਾ ਦੂਜਾ ਟੂ ਵੀਲਰ ਆ ਜਿਹੜਾ ਇਹ ਰਾਤ ਨੂੰ ਤਾਂ 20 25 ਤੋਂ ਭਜਾਉਣਾ ਨਹੀਂ ਚਾਹੀਦਾ ਦੇਖਦਾ ਹੀ ਨਹੀਂ ਲਾਈਟ ਐਨੇ ਜੰਪ ਹੁੰਦੇ ਆ ਰਸਤੇ 'ਚ ਕਈ ਵਾਰ ਬਹੁਤ ਸੀਗਾ ਸਾਡੇ ਸਕੂਟਰ ਕੋ ਗੁਜ਼ਰ ਗਿਆ ਗੁਰਦਾਸਪੁਰ ਵਾਲਿਆਂ ਦੇ ਸਕੂਟਰ ਤੇ ਤਿੰਨ ਬੰਦੇ ਸਨੇਹੇ ਦੇਣ ਗਏ ਉਹਨਾਂ ਨੇ ਬਹੁਤ ਭਜਾਇਆ ਅੱਛਾ ਜੀ ਉਹ ਕਈ ਗਰੀ ਗਿਰ ਕੇ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਮੇਰੇ ਕੱਲ ਯਾਦ ਆ ਅਸੀਂ ਜਾਂਦੇ ਸੀਗੇ ਉੱਥੇ ਨੂੰ ਮਲੇਰਕੋਟਲੇ ਨੂੰ ਹਾਂਜੀ ਤੇਰਾ ਮਾਮਾ ਦਾਖਲ ਸੀਗਾ ਵੱਡਾ 40 ਦਿਨ ਰੈਸੀ ਇਨਫੈਕਸ਼ਨ ਹੋ ਗਈ ਸੀ ਲੱਤ ਜੋਦੀ ਚ ਤੇ ਅਸੀਂ ਜਦੋਂ ਨੇੜੇ ਜਾ ਕੇ ਜਮਾਂ ਹੀ ਉਹਦੇ ਇੱਕ ਪਿੰਡ ਦੇ ਵਿੱਚੋਂ ਨਿਕਲਣ ਲੱਗੇ ਨਾ ਅੰਦਰੋਂ ਕਿਸੇ ਨੇ ਕੁੱਤੇ ਦੇ ਸੋਟੀ ਮਾਰੀ ਇੰਨੀ ਤੇਜ਼ ਕੁੱਤਾ ਭੱਜ ਕੇ ਸਾਡੇ ਸਕੂਟਰ ਦੇ ਵਿੱਚ ਚੜ ਗਿਆ ਮੈਂ ਜਮਾਂ ਹੀ ਪਿੱਛੇ ਪੂਰੀ ਲੁੱਟਕ ਗਈ ਕੁੱਤਾ ਮੇਰਾ ਕਿਧਰੇ ਮੈਂ ਕਿਧਰੇ ਤੀਏ ਗਏ ਸਕੂਟਰ ਸਕੂਟਰ ਸਾਡਾ ਐਂ ਖੜ ਗਿਆ ਉਹ ਤਾਂ ਬਹੁਤ ਖਤਰਨਾਕ ਚੀਜ਼ ਹੈ ਅੱਛਾ ਫੇਰ ਜੇ ਸਾਡਾ ਤੇਜ਼ ਹੁੰਦਾ ਸੱਟ ਲੱਗਣੀ ਸੀਗੀ ਔਖਾ ਬਹੁਤ ਹੁੰਦਾ ਡਿੱਗ ਜਾਂਦੇ ਉੱਥੇ ਐਨਕਾ ਲਾ ਲੋ ਡੈਡੀ ਧੁੱਪ ਹੋ ਗਈ ਇੱਕਦਮ ਸੂਰਜ ਪਰਗ ਸੂਰਜ ਦੇਵਤਾ ਨਾਰਾਇਣ ਪ੍ਰਗਟ ਹੋ ਗਏ ਇੱਕਦਮ ਉਹ ਵੀ ਡੈਡੀ 40 ਤੇ ਚਲਾਉਂਦੇ ਆ ਤੇ 50 ਤੇ 30 ਤੇ 40 ਚ ਬਹੁਤ ਘੱਟ ਫਰਕ ਆ 40 ਤੇ 50 ਚ ਬਹੁਤ ਫਰਕ ਆ ਉਹ ਫਿਰ ਭੇੜਾ ਭੱਜਦਾ ਬਹੁਤ ਆ ਜਦ ਮੈਂ ਟਰੱਕ ਦਾ ਲਾਇਸੈਂਸ ਲੈਂਦਾ ਸੀ ਉਦੋਂ ਉਹਨਾਂ ਨੇ ਇੱਕ ਵੀਡੀਓ ਦਿਖਾਈ ਸੀ ਉਹ ਚ 5 ਕਿਲੋਮੀਟਰ ਦੇ ਸਪੀਡ ਨਾਲ ਦਿਖਾਇਆ ਸੀ ਵੀ ਕਿੰਨਾ ਫਰਕ ਪੈ ਜਾਂਦਾ ਜੇ ਪਤਾ ਨਹੀਂ 50 ਤੇ ਚੱਲਦਾ ਤਾਂ ਇੰਨੀ ਥੋੜੀ ਸੱਟ ਲੱਗਦੀ ਸੀ 55 ਤੇ 60 ਬਹੁਤ ਜਾਂ ਕੋਈ ਸੀਗਾ ਨੰਬਰ ਵੀ ਬਹੁਤ ਜ਼ਿਆਦਾ ਸੱਟ ਵੱਧ ਜਾਂਦੀ ਆ ਨਾ ਰੇਸ ਲਾਉਣੀ ਆ ਕਿਸੇ ਨਾਲ ਹੀ ਪਹਿਲਾਂ ਤੁਰ ਪਾ ਥੋੜੀ ਜਿਹੀ ਦੇਰ ਮੈਂ ਪਹਿਲਾਂ ਤਾਂ ਹੀ ਅੱਧਾ ਘੰਟਾ ਪਹਿਲਾਂ ਤੁਰ ਪੈਣਾ ਅੱਛਾ ਜੀ ਮੈਂ ਤੇਰੀ ਮੰਮੀ ਨੂੰ ਖੱਡਾ ਜੇ ਬ੍ਰੇਕ ਕਰਨੇ ਮੈਂ ਕਹਿੰਦਾ ਖੜ ਜਾ ਉਹ ਲਾਈਨਾਂ ਜਦ ਪਾਰ ਕਰਦੇ ਆ ਨਹਿਰ ਵਾਲੀਆਂ ਹਾਂਜੀ ਮੈਨੂੰ ਉਰੀ ਲਾ ਦਿੰਨਾ ਅੱਛਾ ਜੀ ਉਹ ਤਾਂ ਹਲਾ ਉਹ ਤਾਂ ਬੜਾ ਖਰਾਬ ਆ ਉਹ ਤਾਂ ਬੜਾ ਖਰਾਬ ਆ ਪਰ ਜਾ ਕੇ ਮੈਂ ਖੜ ਜਾਣਾ ਹੈ ਇਹ ਜਦ ਆ ਜਾਂਦੀ ਹੈ ਬੈਠ ਜਾਂਦੀ ਹੈ ਚਲੋ ਫਿਰ ਮੈਂ ਇੱਕ ਤਾਂ 14 15 ਪਹਿਲਾਂ ਜੰਪ ਜੇ ਬਣਾ ਦਿੰਦੇ ਨੇ ਠਕ 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 ਬਹੁਤ ਨੇ ਉਹ ਤਾਂ ਅੱਧਾ ਫਿਰ ਅੱਗੇ ਜਾ ਕੇ ਐਡਾ ਡੂੰਗਾ ਟੋਆ ਆਉਂਦਾ ਹੈਗਾ ਉਹ ਤਾਂ ਬਾਹਲੀ ਖਤਰਨਾਕ ਚੀਜ਼ ਆ ਜਾਂਦਿਆਂ ਨੂੰ ਤਾਂ ਕਿਲੋਮੀਟਰ 2 ਕਿਲੋਮੀਟਰ ਬਹੁਤ ਖਰਾਬ ਆ ਅੱਛਾ ਜੀ ਜੇ ਪਰਲੇ ਪਾਸੇ ਉਹਨੇ ਫਿਰ ਫਾਟਕਾ ਤੋਂ ਉਹ ਬਹੁਤ ਜ਼ਿਆਦਾ ਖਰਾਬ ਆ 200 ਗੰਦੇ ਦੇਗਾ ਵੀ ਤੁਸੀਂ ਦੇਖ ਕਾਦੀ ਕਰਾਈਏ ਡੈਡੀ ਨੇ ਕਰਾਇਆ ਕਿ ਤੁਸੀਂ ਕਰਾਇਆ ਡੈਡੀ ਕਰਾ ਕੇ ਮੈਂ ਲੇਟ ਹੋ ਗਿਆ ਕਣਕ ਵੱਢੀ ਦੀ ਦੇਖ ਰਹਾ ਹਾਂ ਜੀਰੀ ਜੀਰੀ ਜਵਾਨ ਹੋ ਗਈ ਲੇਟ ਹੋ ਗਿਆ ਵੀ ਕਹਿੰਦਾ ਡੈਡੀ ਦੇਖੋ ਗੁਰੂ ਘਰ ਆ ਮਾਫੀ ਮੰਗ ਲੈਨੇ ਆ ਹਾਂਜੀ ਉਹ ਮੈਂ ਬੇਨਤੀ ਕਰੀ ਮਾਲਕ ਨੂੰ ਵੀ ਸਾਤੋਂ ਬੇਨਤੀ ਹੋ ਗਈ ਗਲਤੀ ਹੋ ਗਈ ਮੇਰੀ ਗਲਤੀ ਪ੍ਰਮਾਣ ਕਰੋ ਨਿਮਾਣਿਆਂ ਦੀ ਗੱਲ ਮੰਨ ਲੈਂਦਾ ਐਂ ਆਪਣੇ ਆਪ ਡੈਡੀ ਨਿਮਾਣਾ ਕਹਿੰਦੇ ਦੇਖੋ ਗੁਰੂ ਘਰ ਤਾਂ ਜਾ ਕੇ ਨਿਮਾਣੇ ਖਲੋ ਪਏ ਹਾਂਜੀ ਹਾਂਜੀ ਇੱਕ ਮੋਟਰਸਾਈਕਲ ਲਿਆ ਸੀ ਹਾਂਜੀ ਆ ਉਹਦਾ ਵੀ ਮੱਥਾ ਟੇਕ ਜਾਂਦਾ ਮੈਂ ਤੇ ਮਹਿਕ ਵੀ ਗਏ ਸੀਗੇ ਅੱਜ ਕੀਰਤਨ ਤੇ ਠੀਕ ਲੱਗਿਆ ਸਾਨੂੰ ਵੀ ਬਟ ਇਹ ਕਹਿੰਦੀ ਸੀ ਇਹਦੇ ਉੱਤੇ ਕੁਝ ਫੜਨ ਨੂੰ ਨਹੀਂ ਹੈਗਾ ਸਾਈਡ ਤੇ ਫੜਨ ਦੀ ਬਹੁਤ ਪ੍ਰੋਬਲਮ ਹਾਂ ਇਹ ਕਹਿੰਦੀ ਫੜਨ ਨੂੰ ਨਹੀਂ ਹੈਗਾ ਕੁਝ ਦੱਸਣਾ ਸੀ ਤੈਨੂੰ ਉਹ ਹੀਰੋ ਆਂਡੇ ਵਾਲੇ ਚਾਚੇ ਦੇ ਉਹ ਲੱਗਿਆ ਹੋਇਆ ਹਾਂ ਉਹ ਚ ਫੜ ਲੈਂਦਾ ਆ ਚੀਜ਼ ਉਹ ਫੜ ਲੈਂਦਾ ਇੱਥੇ ਫੜਨਾ ਬਹੁਤ ਔਖਾ ਬੈਲਟ ਲੈ ਲੈਣੀ ਆ ਬੈਲਟ ਮੰਮੀ ਦੇ ਪਾ ਕੇ ਮੈਂ ਇੱਥੇ ਪਾ ਲਿਆ ਕਰਦੀ ਪਰਨਾ ਪਰਨਾ ਬੰਨ ਲਿਆ ਕਰ ਡੈਡੀ ਦੱਸਣ ਹਾਂਜੀ ਚੱਲ ਦੇਖ ਦੇਖ ਕੇ ਚੱਲ ਤੈਨੂੰ ਮੈਂ ਮੰਡੀਓ
लाइटा छड रखिया ने पैसे खर्चा मैं जाना हूं लिया पैसे दे दो कल जावांगे सस नूं लियावांगे कोई ठग लू डैडी इन्हां नूं कोई नहीं ठग देखो दिन की गल दिन रात उपर जी पैगी फिर बात गई रात गई बात गई हुणे मौका है जिन्हें सांभ लिया बाजार ही बंद पजामे कले कुर्ते रोड की लाके जाएंगे ਚਲੋ ਠੀਕ ਆ ਜੀ ਡੈਡੀ ਆਉਂਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।